ਹੁਣ ਜੇ ਭਾਈ ਅਮਰਤਪਾਲ ਸਿੰਘ ਨੂੰ ਕੁਝ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਕੌਣ ਹੋਣਗੇ? ਇਹੀ ਲੋਕ ਨੇ ਫਿਰ। ਫਿਰ ਮੁੜ ਕੇ ਦੂਜੇ ਲੋਟ ਹੋ ਜਾਂਦੇ ਸਾਨੂੰ ਦਾ ਪਤਾ ਨਹੀਂ ਸੀ। ਹੁਣ ਕੀ ਇਹ ਗੱਲ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ? ਕੀ ਪੰਜਾਬ ਦੇ ਡੀਜੀਪੀ ਨੂੰ ਨਹੀਂ ਪਤਾ ਕਿ ਤੁਸੀਂ ਬਿਨਾਂ ਗੱਲ ਤੋਂ ਬੰਦੇ ਨੂੰ ਚੱਕ ਕੇ ਠਾਣੇ 'ਚ ਸੱਟ ਰਹੇ ਹੋ ਕੋਈ ਸ਼ੱਕ ਦੇ ਆਧਾਰ ਦੇ ਉੱਤੇ ਜਾਂ ਲਾਇਸੈਂਸ ਰੱਦ ਕਰ ਰਹੇ ਹੋ। ਇੱਥੇ ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦੇ ਲਾਇਸੈਂਸ ਬਣੇ ਹੋਏ ਨੇ। ਕਿਸੇ ਨੇ ਕੋਈ ਰੱਦ ਨਹੀਂ ਕੀਤਾ। ਪਰ ਉਹਨਾਂ ਦੇ ਉੱਤੇ ਕੋਈ ਅਜਿਹੇ ਮੁਕੱਦਮੇ ਵੀ ਦਰਜ ਨਹੀਂ ਹੈਗੇ। ਇੱਕ ਨੂੰ ਜਾ ਕੇ ਲੈ ਗਏ ਦੂਜੇ ਲਾਇਸੈਂਸ ਰੱਦ ਕਰਕੇ ਫੜਨ ਦੀ ਤਿਆਰੀ ਹੈ ਜਿੰਨੇ ਨੌਜਵਾਨ ਨਾਲ ਚੱਲਦੇ ਆ ਭਾਈ ਅਮਰਪਾਲ ਸਿੰਘ ਦੇ ਸਾਰਿਆਂ ਨੂੰ ਚੱਕਣ ਦੀ ਤਿਆਰੀ ਹੈ ਸੋ ਪੰਜਾਬ ਦੇ ਲੋਕੋ ਜੇ ਤਾਂ ਆਹੀ ਕੁਛ ਅਸੀਂ ਕਰਨਾ ਹੈ ਅਰਜਾਈਆਂ 'ਚ ਬੈਠਿਆ ਨੇ ਵੀ ਠੰਡ ਬਹੁਤ ਆ ਬਾਹਰ ਕਿੱਥੇ ਜਾਵਾਂਗੇ ਕੱਲਾ ਟਿੱਪਣੀ ਕਰਕੇ ਛੱਡ ਦੇਣਾ ਫਿਰ ਤਾਂ ਇਹ ਸਰਕਾਰ ਵੀ ਸਮਝੀ ਬੈਠੀ ਐ ਚਾਲ ਨੂੰ ਕਿ ਲੋਕ ਕੱਲੇ ਫੇਸਬੁੱਕਾਂ ਤੇ ਰੌਲਾ ਪਾਉਣ ਵਾਲਿਆ ਟਿੱਪਣੀਆਂ ਕਰਨ ਵਾਲੇ ਆ ਕੋਈ ਆ ਕੇ ਨਾਲ ਬੰਦਾ ਮੈਦਾਨ 'ਚ ਖੜਨ ਵਾਲਾ ਨਹੀਂ ਫੇਰ ਤਾਂ ਇਥੇ ਆਈ ਕੁਛ ਹੋਣਾ ਜਿਹੜੇ ਬੰਦੇ ਵੀ ਸਾਡੇ ਲਈ ਬੋਲਣਗੇ ਸਾਡੀ ਗੱਲ ਕਰਨਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੀ ਗੱਲ ਕਰਨਗੇ ਉਹਨਾਂ ਬੰਦਿਆਂ ਦੇ ਨਾਲ ਫਿਰ ਇਹੀ ਵਾਪਰਨਾ ਸੋ ਹੁਣ ਮੈਂ ਅਪੀਲ ਕਰਦਾ ਕੱਲੇ ਫੇਸਬੁੱਕਾਂ ਤੇ ਨਹੀਂ ਜੇ ਇਹ ਬੰਦੇ ਨਹੀਂ ਛੱਡਦੀ ਪੁਲਿਸ ਜਿਹੜਾ ਫੌਜੀ ਮੁੰਡਾ ਫੜਿਆ ਜਾਂ ਜੇ ਇਹਨਾਂ ਦੇ ਨਾਲਦਿਆਂ ਨੂੰ ਭਾਈ ਅਮਰਪਾਲ ਸਿੰਘ ਨੂੰ ਲਿਸੈਂਸ ਰੱਦ ਕਰਦੇ ਆ ਜਾਂ ਫੜ ਕੇ ਅੰਦਰ ਕਰਦੇ ਆ ਤਾਂ ਉਦੋਂ ਬਾਅਦ ਜਿਹੜੀ ਵੀ ਇਹਨਾਂ ਦੀ ਜਥੇਬੰਦੀਆ ਜਿਹੜੀ ਵੀ ਕਾਲ ਦੇਊਗੀ ਸੱਦਾ ਦੇਊਗੀ ਹਰ ਬੰਦੇ ਨੂੰ ਉੱਥੇ ਨਾਲ ਖੜਨਾ ਚਾਹੀਦਾ ਇਹ ਨਾ ਹੋਵੇ ਕੱਲਾ ਆਪਣਾ ਆਪਣਾ ਫਰਜ ਆਪਸਾਂ